ਨਾਭਾ ਪੁਲਿਸ ਦੀ ਗ੍ਰਿਫਤ 'ਚ ਮੂੰਹ ਲੁਕਾਈਆਂ ਬੈਠੀਆਂ ਇਹ ਔਰਤਾਂ ਹਨ ਜਿਨ੍ਹਾਂ ਵੱਲੋਂ ਜਿਸਮ ਫਰੋਸ਼ੀ ਦਾ ਧੰਦਾ ਜ਼ੋਰਾਂ ਸ਼ੋਰਾਂ ਨਾਲ ਕੀਤਾ ਜਾ ਰਿਹਾ ਸੀ ਅਤੇ ਇਹ ਕਿਰਾਏ ਦੇ ਮਕਾਨ ਉੱਤੇ ਭੋਲੇ ਭਾਲੇ ਲੋਕਾਂ ਨੂੰ ਫਸਾ ਕੇ ਆਪਣਾ ਸ਼ਿਕਾਰ ਬਣਾਉਂਦੀਆਂ ਸਨ। ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਇਹਨਾਂ ਔਰਤਾਂ ਨੂੰ ਕਾਬੂ ਕਰ ਲਿਆ ਗਿਆ। ਇਹਨਾਂ ਔਰਤਾਂ ਦੀ ਉਮਰ 30 ਤੋਂ 35 ਸਾਲ ਦੱਸੀ ਜਾ ਰਹੀ ਹੈ। ਮੌਕੇ ਉੱਤੇ 3 ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਅਤੇ ਪਤਾ ਲਗਾਇਆ ਜਾਵੇਗਾ ਕਿ ਇਸ ਪਿੱਛੇ ਕਿਸ ਦਾ ਹੱਥ ਸੀ। ਇਸ ਸੰਬੰਧੀ ਨਾਭਾ ਕੋਤਵਾਲੀ ਦੇ SHO ਦਾ ਕਹਿਣਾ ਹੈ, ਆਓ ਸੁਣਦੇ ਹਾਂ। ਮਾਣਯੋਗ SSP ਸਾਹਿਬ ਸ਼੍ਰੀ ਵਰੁਣ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਸਮਾਜ ਵਿਰੋਧੀ ਅੰਸਰਾਂ ਖਿਲਾਫ਼ ਕਾਰਵਾਈ ਕਰਦੇ ਹੋਏ ਕੋਤਵਾਲੀ ਪੁਲਿਸ ਨਾਭਾ ਨੇ ਇਮੋਰਲ ਟ੍ਰੈਫਿਕਿੰਗ ਦੇ ਰੈਕਟ ਨੂੰ ਬਸਟ ਕੀਤਾ ਹੈ, ਜਿਸ ਤਹਿਤ ਅਸੀਂ 4 ਲੜਕੀਆਂ ਅਤੇ 3 ਲੜਕਿਆਂ ਨੂੰ ਕਾਬੂ ਕੀਤਾ ਜੋ ਇਹ ਅੱਡੇ ਵਿੱਚ ਗੈਰ ਕਾਨੂੰਨੀ ਅੱਡਾ ਚਲਾ ਰਹੇ ਸਨ, ਜਿਸ ਤਹਿਤ ਅਸੀਂ ਮੁਕੱਦਮਾ ਨੰਬਰ 10 ਅੰਡਰ ਸੈਕਸ਼ਨ 3-4-5 ਇਮੋਰਲ ਟ੍ਰੈਫਿਕਿੰਗ ਐਕਟ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ। ਇਹ ਕਾਫ਼ੀ ਲੰਬੇ ਸਮੇਂ ਤੋਂ ਚੱਲ ਰਿਹਾ ਸੀ, ਸਾਨੂੰ ਇਹਦੀ ਸੂਚਨਾ ਮਿਲੀ ਸੀ ਜਿਸ ਤਹਿਤ ਅਸੀਂ ਇਹ ਕਾਰਵਾਈ ਕਰੀ। ਇਹ ਸਾਰੀਆਂ ਜੀ 35 ਤੋਂ 40 ਸਾਲ ਦੇ ਵਿੱਚ ਵਿੱਚ ਨੇ ਜਿਹੜੀਆਂ ਲੜਕੀਆਂ ਨੇ, ਤੇ ਉਹ ਅਸੀਂ ਹਲੇ ਪਤਾ ਪੁੱਛਗਿੱਛ ਕਰ ਰਹੇ ਹਾਂ ਜੀ ਇਹਨਾਂ ਤੋਂ ਸਾਰੀ, ਉਹਦੇ ਬਾਰੇ ਤੁਹਾਨੂੰ ਦੱਸ ਦਾਂਗੇ। ਸਾਨੂੰ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀ ਜੀ ਕਿ ਐਂ ਕਰਕੇ ਭਿੱਖੀ ਮੋੜ ਕੋਲ ਠਠੇਰੀਆ ਮਹੱਲਾ ਹੈ, ਉੱਥੇ ਕਿਰਾਏ ਦੇ ਮਕਾਨ 'ਤੇ ਪ੍ਰੀਤੀ ਅਤੇ ਮੰਜੂ ਨਾਂ ਦੀ ਲੜਕੀ ਦੇ ਵਪਾਰ ਦਾ ਧੰਦਾ ਚਲਾ ਰਹੀਆਂ ਹਨ, ਜਿਸ ਨੇ ਲੜਕੀਆਂ ਵਗੈਰਾ ਰੱਖੀਆਂ ਹੋਈਆਂ ਨੇ, ਜਿਸ ਤਹਿਤ ਅਸੀਂ ਕਾਰਵਾਈ ਕਰਦੇ ਹੋਏ ਇਹ ਮੁਕੱਦਮਾ ਦਰਜ ਕੀਤਾ। ਕਿੰਨੇ ਪੈਸੇ ਵਿੱਚੋਂ ਲੋਕਲ ਵੀ ਨੇ ਜੀ, ਵਿੱਚ ਬਾਹਰੋਂ ਵੀ ਆਈਆਂ ਹੋਈਆਂ ਨੇ ਲੜਕੀਆਂ। ਕਿੰਨੇ ਪੈਸੇ ਬਟੋਰਦੇ ਸੀਗੇ? ਇਹ ਵੱਖ ਵੱਖ ਲੋਕਾਂ ਤੋਂ ਉਹਨਾਂ ਦੀ ਹੈਸੀਅਤ ਮੁਤਾਬਕ ਪੈਸੇ ਲੈ ਲੈਂਦੇ ਸੀ। ਜਿੱਥੇ ਚਲਾਉਂਦੇ ਸੀ ਇਹਨਾਂ ਦਾ ਪਤਾ ਹੀ ਸੀਗਾ? ਇਹ ਕਿਰਾਏ ਦਾ ਮਕਾਨ ਸੀਗਾ ਜੀ, ਠਠੇਰੀਆ ਮਹੱਲੇ ਭਿੱਖੀ ਮੋੜ 'ਤੇ ਕਿਰਾਏ ਦੇ ਮਕਾਨ 'ਤੇ ਲੈ ਕੇ ਇਹ ਕੰਮ ਕਰਦੀਆਂ ਸੀ। ਹੁਣ ਕਿਹੜੀ ਕਿਹੜੀ ਧਾਰਾ ਤਹਿਤ? 3-4-5 ਇਮੋਰਲ ਟ੍ਰੈਫਿਕਿੰਗ ਐਕਟ ਦੇ ਅਧੀਨ ਅਸੀਂ ਮੁਕੱਦਮਾ ਦਰਜ ਕੀਤਾ। ਨਾਭਾ ਤੋਂ ਰਾਹੁਲ ਖੁਰਾਨਾ ਦੀ ਰਿਪੋਰਟ, ਜਗਬਾਣੀ TV।